ਟਲਰੀ ਕਾਉਂਟੀ ਦੇ ਸ਼ੈਰਿਫ ਆਫਸਰ ਨੇ ਦੋ ਜਣਾਂ ਨੂੰ ਗ੍ਰਫਤਾਰ ਕੀਤਾ ਆ ਇਹਨਾਂ ਨੇ ਜਿਹੜਾ ਇਹਨਾਂ ਦੇ ਉੱਤੇ ਦੋਸ਼ ਆ ਵੀ 35000 ਡਾਲਰ ਦਾ ਜਿਹੜਾ ਜਨਰੇਟਰ ਆ ਉਹ ਚੋਰੀ ਕਰਕੇ ਉੱਥੇ ਲਈ ਜਾਂਦੇ ਸੀਗੇ ਸ਼ੈਰਿਫ ਆਫਸਰ ਦੇ ਜਿਹੜੇ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਸਾਨੂੰ ਜਿਹੜੀ ਇਸਤੇ ਬਾਰੇ ਇਤਲਾਹ ਮਿਲੀ ਸੀਗਾ ਵੀ ਮੋਬਾਈਲ ਜਨਰੇਟਰ ਆ ਉਹ ਕਿਸੇ ਨੇ ਚੋਰੀ ਜਿਹੜਾ ਉਹ ਕੀਤਾ ਆ ਤੇ ਲਾਸ ਐਂਜਲਸ ਕਾਉਂਟੀ ਤੋਂ ਚੋਰੀ ਕਰਕੇ ਲੇ on the authorities ਨੇ ਸਰਵੇਲੈਂਸ ਸੈਟਅਪ ਜਿਹੜੀ ਕੀਤੀ 99 ਦੇ ਉੱਤੇ ਵਾਈਸੇਲੀਆ ਦੇ ਲਾਗੇ ਕਹਿੰਦੇ ਵੀ ਫਿਰ ਇਸ ਨੂੰ ਟਰੈਕਡਾਊਨ ਕਰਕੇ ਚੋਰੀ ਕਿਤੇ ਜਨਰੇਟਰ ਸਮੇਤ ਦੋ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਫੈਡਰਲ ਰਿਜ਼ਰਵ ਬੋਰਡ ਨੇ ਅੱਜ ਇੱਕ ਨਵੀਂ ਪਾਲਿਸੀ ਇਸ਼ੂ ਕੀਤੀ ਆ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਅਸੀਂ ਚਾਹਦੇ ਹਾਂ ਜਿੰਨੀਆਂ ਵੀ ਬੈਂਕਾਂ ਹੈਗੀਆਂ ਉਹਨਾਂ ਸਾਰਿਆਂ ਦੇ ਲਈ ਸੇਮ ਲੈਵਲ ਪਲੇਇੰਗ ਜੋ ATMOSPHERE ਹੋਣਾ ਚਾਹੀਦਾ ਹੈਗਾ ਆ। ਰਿਗਾਰਡਲੈਸ ਆਫ ਉਹਨਾਂ ਦੀ ਇੰਸ਼ੋਰੈਂਸ ਹੈਗੀ ਆ ਜਾਂ ਨਹੀਂ ਕਹਿੰਦੇ ਕਈ ਜਿਹੜੀਆਂ ਬੈਂਕਸ ਆ ਉਹ ਬੜੀਆਂ ਛੋਟੀਆਂ ਆ ਪਰ ਲੋਕਾਂ ਨੂੰ ਉਹ ਸਰਵਿਸਿਜ਼ ਵਧੀਆ ਦਿੰਦੀਆਂ ਹੈਗੀਆਂ ਰਿਮੋਟ ਏਰੀਆਜ਼ ਦੇ ਵਿੱਚ ਹੈਗੀਆਂ ਸੋ ਇਸ ਸਟੇਟਮੈਂਟ ਦੇ ਮੁਤਾਬਕ ਕਹਿੰਦੇ ਭਈ ਜੋ ਵੀ ਚਾਹੇ ਇੰਸ਼ੋਰਡ ਆ ਕੋਈ ਬੈਂਕ ਚਾਹੇ ਨਹੀਂ ਵੀ ਹੈਗੀ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਟਰੀਟ ਕੀਤਾ ਜਾਊਗਾ ਜੀ ਜਿੱਥੇ ਲੇਆਫਸ ਦੀਆਂ ਖਬਰਾਂ ਲਗਾਤਾਰ ਹਰਜੋਤ ਸਿੰਘ ਜੀ ਆ ਰਹੀਆਂ ਉਧਰ ਬੋਇੰਗ ਨੇ ਅੱਜ ਇੱਕ ਚੰਗੀ ਖਬਰ ਦੱਸੀ ਆ ਇਹ ਨਵੀਂ 2023 ਦੇ ਵਿੱਚ 10000 ਕਾਮਿਆਂ ਨੂੰ ਉਹਨਾਂ ਨੇ ਹਾਇਰ ਜਿਹੜਾ ਕਰਨਾ ਆ ਉਹ ਆਪਣੇ ਜਹਾਜ਼ ਬਣਾਉਣ ਦੀ ਪ੍ਰੋਡਕਸ਼ਨ ਆ ਉਸ ਨੂੰ ਤੇਜ਼ ਕਰਨ ਜਾ ਰਹੇ ਆ ਬੋਇੰਗ ਦੇ ਜਹਾਜ਼ ਉਦੋਂ ਜਿਹੜੇ ਹਰਜੋਤ ਸਿੰਘ ਜੀ ਗਰਾਊਂਡ ਕਰ ਦਿੱਤੇ ਗਏ ਸੀਗੇ ਜਦੋਂ 737 ਮੈਕਸ ਜਾਰ ਜਾਂਦੇ ਹਾਦਸੇ ਜਿਹੜੇ ਉਹ ਹੋਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਵਿਕਰੀ ਜਾਂ ਕੰਮ ਜਿਹੜਾ ਉਹ ਕਾਫੀ ਘਟਿਆ ਸੀ ਤੇ ਹੁਣ ਕਹਿੰਦੇ ਵੀ ਇਹਨਾਂ ਨੇ ਐਲਾਨ ਕੀਤਾ ਆ ਵੀ ਆ ਇਸ ਤਰੀਕੇ ਦੇ ਨਾਲ ਉਹ ਕਰਨਗੇ ਕਹਿੰਦੇ ਵੀ ਸਪੋਰਟ ਜੌਬਸ ਉਹਨਾਂ ਨੂੰ ਟਰਿਮ ਕਰਨਗੇ ਤੇ ਮੈਨੂਫੈਕਚਰਿੰਗ ਦੇ ਵਿੱਚ ਹੁਣ ਜਿਆਦਾ ਜਿਹੜਾ ਆ ਇਸ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਹੈਗੇ ਆ ਉਹਨਾਂ ਨੇ ਕਿਹਾ ਵੀ ਆਲਰੇਡੀ ਲੋ ਸਟਾਫਿੰਗ ਜਿਹੜੀ ਉਹ ਸਾਡੀ ਚੱਲ ਰਹੀ ਸੀ ਜਿਸ ਕਰਕੇ ਬਹੁਤ ਸਾਰੇ ਜਿਹੜੇ ਫੰਕਸ਼ਨਸ ਆ ਪ੍ਰੋਪਰ ਪੂਰੇ ਢੰਗ ਦੇ ਨਾਲ ਸਹੀ ਢੰਗ ਦੇ ਨਾਲ ਨਹੀਂ ਸੀ ਜਿਹੜੇ ਉਹ ਹੋ ਰਹੇ ਸੋ ਇਸੇ ਦੇ ਦੌਰਾਨ 737 ਮੈਕਸ ਜਹਾਜ਼ ਜਿਨ੍ਹਾਂ ਦੇ ਹਾਦਸੇ ਹੋਏ ਸੀ ਇਨਾਂ ਦੇ ਕਹਿਣ ਦੇ ਮੁਤਾਬਕ ਉਹ ਜਿਹੜੀਆਂ ਤਰੁੱਟੀਆਂ ਸੀਗੀਆਂ ਉਹਨਾਂ ਨੂੰ ਠੀਕ ਕਰ ਦਿੱਤਾ ਗਿਆ ਹੈ ਤੇ ਇਸ ਸਾਲ 400 ਤੋਂ 450 ਪਲੇਨ ਜਿਹੜੇ ਉਹ ਉਹਨਾਂ ਦੀਆਂ ਡਿਲੀਵਰੀਜ਼ ਜਿਹੜੀਆਂ ਉਹ ਦੇਣਗੇ ਪਿਛਲੇ ਸਾਲ 737 ਮੈਕਸ ਜਹਾਜ਼ਾਂ ਦੀ 374 ਏਅਰਕ੍ਰਾਫਟਸ ਦੀ ਡਿਲੀਵਰੀ ਕੀਤੀ ਗਈ ਸੀ ਕਹਿੰਦੇ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਪਬਲਿਕ ਰੈਸਟ੍ਰੂਨ 1.17 ਮਿਲੀਅਨ ਡਾਲਰ ਦਾ ਬਣਨਾ ਸੀ 17 ਲੱਖ ਡਾਲਰ ਦਾ ਤੇ ਹੁਣ ਉਹ ਸਿਰਫ 3 ਲੱਖ ਦੇ ਵਿੱਚ ਹੀ ਕੰਪਲੀਟ ਹੋ ਜਾਊਗਾ ਸੈਨ ਫਰਾਂਸਿਸਕੋ ਰੀਕ੍ਰੀਏਸ਼ਨ ਤੇ ਪਾਰਕਸ ਡਿਪਾਰਟਮੈਂਟ ਨੇ ਇਹ ਜਿਹੜਾ ਕੰਟਰੋਵਰਸ਼ੀਅਲ ਰੈਸਟਰੂਮ ਬਣਾਉਣ ਜਾ ਰਹੇ ਸੀ ਉਹ ਨਾਰਥ ਵੈਲੀ ਨੇਬਰਹੂਡ ਦੇ ਵਿੱਚ ਤੇ ਉਹਦਾ ਕਾਫੀ ਰੌਲਾ ਲੱਗਾ ਪਿਆ ਵੀ 17 ਲੱਖ ਡਾਲਰ ਤੁਸੀਂ ਇਹ ਬਾਥਰੂਮ ਤੇ ਲਾ ਦੇਣੇ ਆ ਤੇ ਉਹ ਹੁਣ ਬਾਅਦ ਦੇ ਵਿੱਚ ਲੋਕਾਂ ਵੱਲੋਂ ਡੋਨੇਸ਼ਨ ਵੀ ਇਕੱਠੀ ਕੀਤੀ ਗਈ ਤੇ ਉਹ 300 ਹਜ਼ਾਰ ਦੇ ਵਿੱਚ ਇਹ ਜੋ ਬਾਥਰੂਮ ਆ ਸੈਨ ਫਰਾਂਸਿਸਕੋ ਵਾਲੇ ਇਸ ਏਰੀਆ ਦੇ ਵਿੱਚ ਬਣ ਜਾਊਗਾ ਸਟੂਡੈਂਟ ਲੋਨਸ ਨੂੰ ਮਾਫ ਕਰਨ ਦੀ ਪ੍ਰਕਿਰਿਆ ਬਾਈਡਨ ਪ੍ਰਸ਼ਾਸਨ ਨੇ ਪਿਛਲੇ ਵੇਲੇ ਜਿਹੜੀ ਸ਼ੁਰੂ ਕੀਤੀ ਸੀ ਪਰ ਜਿਹੜੇ ਕੁਝ ਅਦਾਲਤਾਂ ਦੇ ਫੈਸਲਿਆਂ ਤੋਂ ਬਾਅਦ ਚ ਉਸ ਨੂੰ ਵਿੱਚੇ ਹੀ ਰੋਕਣਾ ਪਿਆ ਪਰ ਇਸੇ ਦੌਰਾਨ ਹੁਣ ਬਾਈਡਨ ਪ੍ਰਸ਼ਾਸਨ ਨੇ 16 ਮਿਲੀਅਨ ਲੋਕ ਜਿਨ੍ਹਾਂ ਨੇ ਸਟੂਡੈਂਟ ਲੋਨ ਫਰਗਿਵਨਸ ਦੇ ਲਈ ਅਪਲਾਈ ਕੀਤਾ ਸੀ ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਮਨਜ਼ੂਰੀ ਦੇ ਦਿੱਤੀ ਆ ਪਰ ਕਹਿੰਦੇ ਵੀ ਉਹਨਾਂ ਦੀ ਲੋਨ ਫਰਗਿਵਨਸ ਉਦੋਂ ਹੀ ਹੋਊਗੀ ਉਦੋਂ ਹੀ ਕਰਜ਼ਾ ਮਾਫੀ ਉਹਨਾਂ ਦੀ ਹੋਊਗੀ ਜਦੋਂ ਸੁਪਰੀਮ ਕੋਰਟ ਇਸ ਪੂਰੇ ਮਾਮਲੇ ਦੇ ਉੱਤੇ ਆਪਣਾ ਫੈਸਲਾ ਸੁਣਾਊਗਾ 28 ਫਰਵਰੀ ਨੂੰ ਇਸ ਪਾਲਿਸੀ ਦੇ ਉੱਤੇ ਨੌ ਜਿਹੜੇ ਜਸਟਿਸਸ ਨੇ ਸੁਪਰੀਮ ਕੋਰਟ ਦੇ ਉਹ ਸੁਣਵਾਈ ਲੈਣ ਜਾ ਰਹੇ ਆ ਔਰਲ ਆਰਗੂਮੈਂਟਸ ਜਿਹੜੇ ਉਹ ਜਿਹੜੇ ਸੁਣਨਗੇ ਸਭ ਤੋਂ ਵੱਧ ਕੈਲੀਫੋਰਨੀਆ ਦੇ ਵਿੱਚੋਂ 1.5 ਮਿਲੀਅਨ ਜਿਹੜੇ ਲੋਕਾਂ ਨੇ ਸਟੂਡੈਂਟ ਲੋਨ ਫੋਰਗਿਵਨਸ ਦੇ ਲਈ ਅਪਲਾਈ ਕੀਤਾ ਉਸ ਤੋਂ ਇਮਾਗੇ ਟੈਕਸਸ ਦੇ ਵਿੱਚ 1.4 ਤੇ ਫਲੋਰੀਡਾ ਦੇ ਵਿੱਚ 1 ਮਿਲੀਅਨ ਲੋਕਾਂ ਨੇ ਇਹ ਅਪਲਾਈ ਕੀਤਾ ਸੀ ਤੇ ਨਿਊਯਾਰਕ ਦੇ ਵਿੱਚ ਵੀ ਤਾਂ ਤਕਰੀਬਨ 1 ਮਿਲੀਅਨ ਲੋਕਾਂ ਨੇ ਇਸ ਤੇ ਲਈ ਅਪਲਾਈ ਕੀਤਾ ਸੀਗਾ 10000 ਡਾਲਰ ਤੋਂ 20000 ਡਾਲਰ ਤੱਕ ਦੀ ਕਰਜ਼ਾ ਮਾਫੀ ਸਟੂਡੈਂਟ ਲੋਨਸ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਅਗਸਤ ਮਹੀਨੇ ਦੇ ਵਿੱਚ ਐਲਾਨੀ ਸੀ ਪਰ ਕੁਝ ਮਹੀਨੇ ਪਹਿਲਾਂ ਉਸ ਦੇ ਉੱਤੇ ਐਪਲੀਕੇਸ਼ਨ ਲੈਂਡ ਦੇ ਉੱਤੇ ਵੀ ਜਿਹੜੀ ਉਹ ਰੋਕ ਲਗਾ ਦਿੱਤੀ ਗਈ ਸੀ ਸੋ ਹੁਣ ਫਰਵਰੀ ਦੇ ਵਿੱਚ ਹਜਰ ਸਿੰਘ ਦੀ ਨਿਤਾਰਾ ਹੋਊਗਾ ਵੀ ਜਿਹੜੇ ਇਹ 16 ਮਿਲੀਅਨ ਲੋਕਾਂ ਨੇ ਅਪਲਾਈ ਕੀਤਾ ਆ ਜਿਨ੍ਹਾਂ ਦੀ ਮਨਜ਼ੂਰੀ ਮਿਲੀ ਆ ਵੀ ਉਹਨਾਂ ਨੂੰ ਵੈਂਚੁਰੀ ਕੁਝ ਕਰਜ਼ਾ ਮਾਫੀ ਹੋਊਗੀ ਜਾਂ ਨਹੀਂ